ਵਿਦਿਆ ਆਪਾਂ ਤਿਆਰ ਹੋ ਗਏ ਆ ਜੀ ਕਦੋਂ ਤੇ ਆਏ? ਹੁਣ ਆਪਾਂ ਜੀ ਕੰਮ ਤੇ ਜਾ ਰਹੇ ਆ। ਤੁਹਾਨੂੰ ਉੱਥੇ ਗੁਰਦੁਆਰੇ ਦਾ ਵੁੱਡ ਵਰਕ ਚੱਲ ਰਿਹਾ ਜੀ, ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਕੀਤਾ। ਇਸ ਟਾਈਮ ਮੇਰੇ ਘਰ ਦੇ ਮੇਰੇ ਵਾਸਤੇ ਚਾਹ ਬਣਾ ਰਹੇ ਆ ਜੀ, ਆਵੇ ਬਸ ਚਾਹ ਪੀ ਕੇ ਤੇ ਹੈਲੋ ਅਸੀਂ ਹੁਣ ਕੰਮ ਤੇ ਜਾ ਰਹੇ ਹਾਂ। ਬੱਚੇ ਸਕੂਲ ਵਾਸਤੇ ਤਿਆਰ ਹੋ ਰਹੇ ਨੇ, ਬਸ ਹੁਣ ਅਸੀਂ ਪਹੁੰਚ ਰਹੇ ਹਾਂ ਕੰਮ ਤੇ। ਤੁਹਾਨੂੰ ਉੱਥੋਂ ਦਾ ਵੁੱਡ ਵਰਕ ਕੀਤਾ ਦਿਖਾਵਾਂਗੇ ਜੀ। ਅੱਜ ਫਾਈਨਲ ਆ ਜੀ, ਸਾਰਾ ਤਕਰੀਬਨ ਵੀਡੀਓ ਬਣਾ ਕੇ ਤੁਹਾਨੂੰ ਸ਼ੇਅਰ ਕੀਤੀ ਹੈ ਵੀਰ ਜੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ, ਸਬਸਕ੍ਰਾਈਬ ਕਰਿਓ, ਮੇਰੀ ਸਪੋਰਟ ਕਰਿਓ ਵੀਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵੀਰ ਜੀ ਆਪਾਂ ਦੁਕਾਨ ਤੇ ਪਹੁੰਚ ਗਏ ਆ, ਆਹ ਮੰਡੀ ਆਪ ਤਿਆਰ ਹੋ ਗਏ। ਧੰਨ ਗੁਰੂ ਨਾਨਕ ਜੀ ਨਮਸਕਾਰ। ਤੇ ਹੁਣ ਆਪਾਂ ਗੁਰਦੁਆਰੇ ਲਿਜਾ ਰਹੇ ਹਾਂ, ਉੱਥੇ ਜਾ ਕੇ ਤੁਹਾਨੂੰ ਜਦੋਂ ਫਿੱਟ ਕਰਤੀ ਉਹਦੀ ਵੀਡੀਓ ਪਾਈ ਜਾਊਗੀ। ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਹਾਂ ਜੀ, ਆਹ ਦੇਖੋ ਜੀ ਉਹਦਾ ਕੰਮ ਚੱਲ ਰਿਹਾ। ਅੱਜ ਤਕਰੀਬਨ ਫਾਈਨਲ ਹੋ ਜੂਗਾ ਜੀ, ਇਹ ਵੀ ਪੂਰੀ ਪੋਸਟ ਅਸੀਂ ਸ਼ਾਮ ਨੂੰ ਪਾਵਾਂਗੇ। ਵੀਰ ਬਣ ਕੇ ਵੱਧ ਤੋਂ ਵੱਧ ਸਪੋਰਟ ਕਰਿਓ, ਇਹ ਵੀ ਗੁਰਦੁਆਰਾ ਸਾਹਿਬ ਦਾ ਕੰਮ ਚੱਲ ਰਿਹਾ। ਅੱਜ ਤਕਰੀਬਨ ਕੰਪਲੀਟ ਹੋ ਜੂ ਜੀ, ਕਿਰਪਾ ਕਰਕੇ ਵੱਧ ਤੋਂ ਵੱਧ ਸਪੋਰਟ ਕਰਿਓ, ਚੈਨਲ ਸਬਸਕ੍ਰਾਈਬ ਕਰਿਓ। ਆਹ ਸਾਡੇ ਪ੍ਰਧਾਨ ਜੀ ਆ ਗੁਰਦੁਆਰਾ ਸਾਹਿਬ ਦੇ, ਆਹ ਪਾਲਾ ਪ੍ਰਧਾਨ ਜੀ, ਉਹ ਸਾਰੀ ਦਿਹਾੜੀ ਚਾਹ ਪੀਂਦੇ ਰਹਿੰਦੇ ਆ, ਇੱਕ ਮਿੰਟ ਗਲਾਸ ਰੱਖਦੇ ਫਿਰ ਚੱਕ ਲੈਂਦੇ ਆ। ਚੰਗਾ ਜੀ, ਉਹ ਸਾਡਾ ਰੀਟੂ ਸਿੰਘ ਲੱਗਿਆ, ਉਹ ਪਰੇ ਜੀ ਥੋੜ੍ਹਾ ਲਿਖਿਆ ਸੀ, ਹੁਣ ਉਹਨੇ ਦੱਸਣੇ ਉਹਦੇ। ਆਹ ਦੇਖੋ ਜੀ, ਆਹ ਸਾਡਾ ਰੀਟੂ ਸ਼ਟਰ ਵਾਲਾ ਜੀ, ਰੀਟੂ ਸ਼ਟਰ ਵਾਲਾ ਜੀ, ਇਹ ਰੀਟੂ ਸ਼ਟਰ। ਹਾਂਜੀ ਹਾਂਜੀ, ਠੀਕ ਹੈ, ਚੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵੀ ਜੀ ਜਾ ਕੇ ਆਪਾਂ ਗੁਰਦੁਆਰਾ ਸਾਹਿਬ ਦਾ ਕੰਮ ਕੰਪਲੀਟ ਕਰ ਦਿੱਤਾ। ਹਾਂਜੀ, ਇਹ ਅੱਜ ਤਕਰੀਬਨ 8 ਵਜੇ ਦਾ ਟਾਈਮ ਆ ਜੀ, 9:45 ਦਾ ਟਾਈਮ ਆ ਜੀ। ਸਾਰੇ ਗੁਰਦੁਆਰਾ ਸਾਹਿਬ ਦੇ ਪਾਲਕੀ ਸਾਹਿਬ ਅਤੇ ਹੋਰ, ਆਹ ਦੇਖੋ ਜੀ, ਡਿੱਠੇ ਸਿੱਧੇ ਥਾਈ ਨਹੀਂ ਤੁਸੀਂ ਜੀ। ਹਾਂ ਵਾਹਿਗੁਰੂ, ਵੱਧ ਤੋਂ ਵੱਧ ਵੀਰੇ ਸਪੋਰਟ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ, ਠੀਕ ਹੈ ਜੀ। ਹਾਂਜੀ ਨਹੀਂ ਤੁਸੀਂ ਜੀ, ਹਾਂ ਇਹ ਅੱਜ ਕੰਮ ਕੰਪਲੀਟ ਹੋ ਗਿਆ ਵੀਰੇ, ਕਿਰਪਾ ਜੀ ਗੁਰੂ ਨਾਨਕ ਦੇਵ ਜੀ ਦੀ। ਲਗਾਤਾਰ ਤਕਰੀਬਨ 12 ਦਿਨ ਲੱਗ ਗਏ ਵੀਰੇ ਇਸ ਕੰਮ ਕਰਨ ਲੱਗੇ। ਟਾਈਮ ਤਕਰੀਬਨ ਟਾਈਮ ਹੋ ਗਿਆ 8:58। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵੱਧ ਤੋਂ ਵੱਧ ਸਪੋਰਟ, ਸਬਸਕ੍ਰਾਈਬ। ਇਹ ਜੋ ਸਮਾਨ ਸਿੱਟਾ ਹੀ ਕਰਾਂਗੇ ਆ ਵੀ ਚੱਕ ਲਓ।